ਜਦ ਵੀ ਵੇਲ ਮਿਲੇ ਫਰਜ਼ਾਂ ਤੋਂ ਯਾਦ ਦੇਸ਼ ਦੀ ਆਵੇ ਦਿਨ ਕਾਲਜ ਦੇ ਖੂਹ ਦਾ ਗੇੜਾ ਲੋਰ ਜਹੀ ਚੜ ਜਾਵੇ ਮਿਸ਼ਰੀ ਵਰਗੇ ਬੋਲ ਗਵਾਚੇ ਨਾ ਕੋਈ ਦਿਲੋਂ ਬੁਲਾਵੇ ਲੰਘ ਗਏ ਵਹਿਣਾ ਨੂੰ ਕਿਹੜਾ ਮੋੜ ਲਿਆਵੇ ਲੰਘ ਗਏ ਵਹਿਣਾ ਨੂੰ ਦੋਸਤੋ ਮੇਰੇ ਨਿੱਘੇ ਪਿੱਤਰ ਮੰਗਾ ਬਾਸੀ ਹੁਣਾਂ ਦੀਆਂ ਲਿਖੀਆਂ ਨਾ ਚੰਦ ਸਤਨਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਹੀ ਹਾਰਦਿਕ ਅਤੇ ਨਿੱਘਾ ਸਵਾਗਤ ਹੈ ਵਤਨ ਦੀ ਗੱਲ ਪੰਜਾਬ ਦੀ ਗੱਲ ਅਤੇ ਫਿਰ ਅੰਮ੍ਰਿਤਸਰ ਦੀ ਗੱਲ ਯਾਨੀ ਮਾਝੇ ਦੀ ਗੱਲ ਅੰਮ੍ਰਿਤਸਰ ਤਰਨ ਤਾਰਨ ਗੁਰਦਾਸਪੁਰ ਮਾਝੇ ਬਾਰੇ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰਦੇ ਆਏ ਹਾਂ ਅਤੇ ਐਡਮਿੰਟਨ ਰਹਿੰਦੇ ਮਾਝਾ ਨਿਵਾਸੀਆਂ ਨੇ ਬਹੁਤ ਹੀ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਾਝੇ ਖੇਤਰ ਦੇ ਵਾਸੀਆਂ ਦੇ ਨਾਲ ਹੋਈ ਮਿਲਣੀ ਕਹਿ ਲਓ ਜਾਂ ਮਾਝਾ ਪਾਰਟੀ ਕਹਿ ਲਓ ਜਾਂ ਮਾਝਾ ਪੀਪਲਸ ਗੈਟ ਟੂਗੈਦਰ ਕਹਿ ਲਓ ਉਸ ਪ੍ਰੋਗਰਾਮ ਦੀਆਂ ਲੈ ਕੇ ਹਾਜ਼ਰ ਹਾਂ ਕੁਝ ਇੱਕ ਝਲਕੀਆਂ ਉਹ ਛੱਡ ਕੇ ਕਾਰੋਬਾਰ ਆਪਣਾ ਉਹ ਚੱਲਿਓ ਜਟਾ ਮੇਲੇ ਨੂੰ ਉਹ ਢੋਲ ਪਿਆ ਤੈਨੂੰ ਬਾਜਾ ਮਾਰੇ ਬੇ ਜਟਾ ਆਈ ਵਿਸਾਖੀ ਮੇਲੇ ਨੂੰ ਉਹ ਢੋਲ ਪਿਆ ਤੈਨੂੰ ਬਾਜਾ ਮਾਰੇ ਬੇ ਜਟਾ ਆਈ ਵਿਸਾਖੀ ਮੇਲੇ ਨੂੰ ਦੋਸਤੋ ਐਡਮਿੰਟਨ ਸ਼ਹਿਰ ਦੇ ਵਿੱਚ ਅੱਜ ਮਾਝੇ ਵਾਲਿਆਂ ਦੀ ਮਿਲਣੀ ਹੋਣ ਜਾ ਰਹੀ ਹੈ ਮਾਝਾ ਪਾਰਟੀ ਜਾਂ ਮਾਝਾ ਪੀਪਲਸ ਗੈਟ ਟੂਗੈਦਰ ਕਹਿ ਲਓ ਪਿਛਲੇ ਕੁਝ ਅਰਸੇ ਤੋਂ ਅਸੀਂ ਇਹ ਐਡਵਰਟਾਈਜ਼ ਕਰਦੇ ਆ ਰਹੇ ਹਾਂ ਸਾਰਿਆਂ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਆ ਰਹੇ ਹਾਂ ਕਿ ਮਾਝੇ ਦੀ ਜਿਹੜੀ ਪਾਰਟੀ ਹੈ 1 ਦਸੰਬਰ ਨੂੰ ਮਹਾਰਾਜਾ ਬੈਂਕਟ ਹਾਲ ਦੇ ਵਿੱਚ ਹੋਏਗੀ ਅਤੇ ਅੱਜ ਅਸੀਂ ਸਾਰਿਆਂ ਦਾ ਵੈਲਕਮ ਕਰ ਰਹੇ ਹਾਂ ਪਿੱਛੇ ਤੁਸੀਂ ਦੇਖ ਰਹੇ ਹੋ ਮਾਝੇ ਦੇ ਪਰਿਵਾਰ ਪਹੁੰਚ ਰਹੇ ਨੇ ਔਰਗਨਾਈਜ਼ਰਸ ਦੇ ਵਿੱਚੋਂ ਮਿੰਟੂ ਕਾਹਲੋਂ ਹੋਣੀ ਅਮਰੀਕ ਹਜ਼ਰਾ ਹੋਣੀ ਸਾਡੇ ਦਰਮਿਆਨ ਨੇ ਮਿੰਟੂ ਜੀ ਕਿਵੇਂ ਲੱਗ ਰਿਹਾ ਜੀ ਇੰਨੇ ਚਿਰ ਤੋਂ ਆਪਾਂ ਤਿਆਰੀਆਂ ਕਰ ਰਹੇ ਹਾਂ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਲੋਕ ਆ ਰਹੇ ਨੇ 7:45 ਹੋ ਗਿਆ 6 ਵਜੇ ਦਾ ਟਾਈਮ ਸੀ ਪਰ ਫਿਰ ਵੀ ਕਾਫੀ ਲਾਈਨ ਲੱਗੀ ਆ ਪਿੱਛੇ ਅਤੇ ਡਰਾ ਵੀ ਕੱਢਣੇ ਆ ਫਿਰ ਉਹ ਥੋੜ੍ਹੀ ਜਿਹੀ ਲਾਈਨ ਇਸ ਕਰਕੇ ਵੀ ਲੱਗੀ ਆ ਵੀ ਉੱਥੇ ਪੱਟੀਆਂ ਵਿੱਚ ਪਾਉਣੀਆਂ ਡਰਾ ਦੇ ਵਿੱਚ ਆਪਾਂ ਥੋੜ੍ਹਾ ਟਾਈਮ ਲੱਗਦਾ ਬਾਕੀ ਬਹੁਤ ਮਜ਼ਾ ਆ ਰਿਹਾ ਵਾ ਸਾਰੇ ਲੋਕ ਆ ਰਹੇ ਆ ਮਿਲ ਰਹੇ ਆ ਸਾਰਿਆਂ ਨੂੰ ਸੋ ਬਹੁਤ ਵਧੀਆ ਲੱਗ ਰਿਹਾ ਹੋਪ ਵੀ ਪੂਰਾ ਹਾਲ ਫੁੱਲ ਹੋਏਗਾ ਅੱਜ ਠੀਕ ਹੈ ਜੀ ਅਮਰੀਕ ਜੀ ਆਪਾਂ ਇੰਨੇ ਚਿਰ ਤੋਂ ਤਿਆਰੀਆਂ ਕੱਸੀਆਂ ਨੇ ਅਤੇ ਦੱਸੋ ਮਾੜਾ ਜਿਹਾ ਪ੍ਰੋਗਰਾਮ ਬਾਰੇ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਤਿਆਰੀਆਂ ਹੋਈਆਂ ਇਹਦੇ ਅਰਕਾਂ ਇਸ ਵਾਰ ਤਾਂ ਮੇਰਾ ਖਿਆਲ ਪਹਿਲਾਂ ਵਾਰ ਨਾਲ ਮੇਰੇ ਖਿਆਲ ਹੋਰ ਡੈਕੋਰੇਸ਼ਨ ਵੀ ਜ਼ਿਆਦਾ ਨਹੀਂ ਹੋਈ ਵੀ ਕੁਛ ਮੇਰੇ ਖਿਆਲ ਹਾਲ ਵੀ ਨਵਾਂ ਹੋਇਆ ਵੱਡਾ ਹੋਇਆ ਲੋਕ ਵੀ ਅੱਜ ਕਾਫੀ ਉਤਸ਼ਾਹਿਤ ਆ ਬੜਿਆਂ ਦੇ ਫੋਨ ਆ ਰਹੇ ਬਾਕੀ ਆਉਣ ਦਾ ਵੇਹ ਵੀ ਆ ਰਹੇ ਆ ਅਰੇ ਮਾਝੇ ਵਾਲਿਆਂ ਦੀ ਪਾਰਟੀ ਆਉਂਦੇ ਤਾਂ ਲੇਟ ਹੀ ਆ ਫਿਰ ਰਹਿੰਦੀ ਵੀ ਲੇਟ ਤੱਕ ਹੀ ਆ ਹੈ ਨਾ ਬਿਲਕੁਲ ਜੀ ਇਹ ਲੇਟ ਤੱਕ ਚੱਲੂਗੀ ਜੀ ਪਾਰਟੀ ਪਾਰਟੀ ਦੇ ਵਿੱਚ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਵੇਗਾ ਬੱਚਿਆਂ ਦੇ ਜਿਹੜੇ ਡਾਂਸ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰ ਰਹੇ ਨੇ ਬੱਚੇ ਅਤੇ ਇਸ ਪਾਰਟੀ ਤੋਂ ਬਾਅਦ ਦਰਮਿਆਨ ਜਿਹੜੇ ਵੀ ਤੁਹਾਨੂੰ ਜਿਹੜੇ ਕੁਝ ਇੱਕ ਅੰਸ਼ ਇਸ ਪਾਰਟੀ 'ਤੇ ਦਿਖਾਵਾਂਗੇ ਅਤੇ ਇਸ ਤੋਂ ਬਾਅਦ ਪਾਰਟੀ ਜਦੋਂ ਸਮਾਪਤ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਕੁਝ ਇੱਕ ਜਿਹੇ ਅੰਸ਼ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਵੱਖੋ ਵੱਖ ਸੱਜਣ ਜਿਹੜੇ ਨੇ ਉਹਨਾਂ ਦੇ ਨਾਲ ਵੀ ਪਾਰਟੀ ਦੇ ਵਿੱਚ ਗੱਲਬਾਤ ਹੁੰਦੀ ਰਹੇਗੀ ਧੰਨਵਾਦ ਜੀ ਸਾਰੇ ਸਪੋਂਸਰਸ ਨੂੰ ਸਾਡੀ ਟੀਮ ਨੂੰ ਐਂਡ ਜਿੰਨੇ ਵੀ ਸਪੋਂਸਰ ਨੇ ਜਿਹੜੇ ਆਏ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਮੀਡੀਆ ਦਾ ਖਾਸ ਕਰਕੇ ਮੀਡੀਆ ਦਾ ਅਤੇ ਹਰਜੀਤ ਸਿੰਘ ਸੰਧੂ ਜਿੰਨੇ ਮੀਡੀਆ ਵਾਲੇ ਆਏ ਨੇ ਇਹਨਾਂ ਨੂੰ ਦੁਬਾਰਾ ਵੀ ਕਰਾਂਗੇ ਸਰ ਥੈਂਕਸ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਹਾਂਜੀ ਸੂਰਤ ਦੀਦੀ ਆਹੀਰ ਦੀ ਤੇਰੇ ਟਿੱਲੇ ਤੋਂ ਸੂਰਤ ਦੀਦੀ ਆਹੀਰ ਦੀ ਓਲੇ ਵੇਖ ਗੋਰਖਾ ਉੜਦੀ ਉਹ ਫੁਲਕਾਰੀ ਉਹ ਫੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਰਦੀਆਂ ਮੈਂ ਸਦਕੇ ਫੁੱਲ ਪਪੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਰਦੀਆਂ ਟੋਆ ਠੋਟੀ ਦੇ ਵਿੱਚ ਨਾ ਪਤਲੀ ਨਾ ਭਾਰੀ
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਅੱਜ ਸਾਡੀ 20ਵੀਂ ਮਾਝਾ ਗੈਟ ਟੂਗੈਦਰ ਪਾਰਟੀ ਸ਼ੁਰੂ ਹੋ ਚੁੱਕੀ ਆ ਸੁਲਤਾਨ ਬੈਂਕਟ ਹਾਲ ਦੇ ਵਿੱਚ ਬਹੁਤ ਮਜੈਲ ਪਹੁੰਚ ਚੁੱਕੇ ਨੇ ਅਤੇ ਅਸੀਂ ਹੋਰ ਵੀ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਥੇ ਪਹੁੰਚੋ। ਇਹ ਸਾਡੀ ਪਾਰਟੀ ਕਰਨ ਦਾ ਮਤਲਬ ਇਹੀ ਹੁੰਦਾ ਆ ਵੀ ਜਿਹੜੇ ਆਪਣੇ ਵੀਰ ਸੱਜਣ ਜਾਂ ਸਟੂਡੈਂਟਸ ਵਗੈਰਾ ਕੋਈ ਵੀ ਜਿੰਨੇ ਵੀ ਲਾਗੇ ਲਾਗੇ ਆਪਣੇ ਪਿੰਡਾਂ ਤੋਂ ਆਏ ਹੁੰਦੇ ਨੇ ਉਹਨਾਂ ਦੀ ਇੰਟਰੋਡਕਸ਼ਨ ਕਰਾਈਏ, ਇੱਕ ਦੂਜੇ ਨੂੰ ਮਿਲ ਸਕਣ ਅਤੇ ਉਹ ਆਪਣੀ ਜਿਹੜੀ ਪਰਿਵਾਰਕ ਸਾਂਝ ਆ ਉਹ ਅੱਗੇ ਤੋਂ ਅੱਗੇ ਵੱਧ ਸਕੇ। ਇਹਦੇ ਵਿੱਚ ਸਾਰੇ ਹੀ ਰਲ ਮਿਲ ਕੇ ਅਸੀਂ ਉਪਰਾਲਾ ਕਰਦੇ ਹਾਂ ਵੀ ਇਹਨੂੰ ਫੰਕਸ਼ਨ ਨੂੰ ਇੰਟਰਟੇਨਮੈਂਟ ਵੀ ਕੀਤਾ ਜਾਵੇ, ਇਹਦੇ ਵਿੱਚ ਇੰਟਰੋਡਕਸ਼ਨ ਵੀ ਕੀਤੀ ਜਾਵੇ ਅਤੇ ਪਾਰਟੀ ਵਗੈਰਾ ਵੀ ਤੁਹਾਨੂੰ ਪਤਾ ਹੀ ਹੈ ਜੇ ਮਾਝਾ ਦੀ ਪਾਰਟੀ ਹੋਊਗੀ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਬਾਕੀ ਸਾਰਾ ਖਾਣ ਪੀਣ ਦਾ ਅਤੇ ਬਾਕੀ ਵੀ ਆਪਣਾ ਪਾਰਟੀ ਦਾ ਇੰਟਰਟੇਨਮੈਂਟ ਪੂਰਾ ਹੋਏਗਾ। ਮਾਝਾ ਪੀਪਲ ਗੈਟ ਟੂਗੈਦਰ 'ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਹਰ ਸਾਲ ਦੀ ਤਰ੍ਹਾਂ ਤਕਰੀਬਨ ਪਿਛਲੇ ਅਸੀਂ 20 ਸਾਲ ਤੋਂ ਇਹ ਫੰਕਸ਼ਨ ਜਿਹੜਾ ਹਰ ਸਾਲ ਕਰਦੇ ਆ ਰਹੇ ਹਾਂ ਅਤੇ ਅੱਜ ਵੀ ਕ੍ਰਿਸਮਸ ਤੋਂ ਪਹਿਲਾਂ ਫੈਸਟਿਵ ਸੀਜ਼ਨ ਆ ਅਤੇ ਉਹਦੇ ਵਿੱਚ ਸਾਰੇ ਯਾਰਾਂ ਦੋਸਤਾਂ ਦੇ ਨਾਲ ਪਰਿਵਾਰਾਂ ਦੇ ਨਾਲ ਸਾਰੇ ਇਕੱਠੇ ਹੋਏ ਹਾਂ ਐਡਮਿੰਟਨ ਦੇ ਵਿੱਚ ਅਤੇ ਚਾਹੁੰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਹੀ ਰੌਣਕ ਮੇਲਾ ਲੱਗਾ ਰਹੇ, ਰੰਗਾਰੰਗ ਪ੍ਰੋਗਰਾਮ ਜਿਹੜੇ ਆ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣੇ ਆ ਅਤੇ ਇੱਕ ਦੂਸਰੇ ਨੂੰ ਮਿਲਣ ਦਾ ਇਹ ਸੁਨਹਿਰੀ ਮੌਕਾ। ਅੱਜ ਕੱਲ੍ਹ ਰੁਝੇਵੇਂ ਬਹੁਤ ਆ ਕੈਨੇਡਾ ਦੇ ਵਿੱਚ, ਸਮਾਂ ਘੱਟ ਮਿਲਦਾ ਇੱਕ ਦੂਜੇ ਨੂੰ ਮਿਲਣ ਦਾ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਜਾਣੇ ਕਿ ਇੱਥੇ ਸਾਲ 'ਚ ਘੱਟ ਤੋਂ ਘੱਟ ਇੱਕ ਦਿਨ ਵਾਸਤੇ ਸਾਰੇ ਪਰਿਵਾਰ ਜਿਹੜੇ ਆ ਦੋਸਤ ਮਿੱਤਰ ਇਕੱਠੇ ਹੋਣ ਆਉਣ ਅਤੇ ਇੱਕ ਦੂਸਰੇ ਨਾਲ ਸਾਂਝ ਪਾਉਣ ਅਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਇਹ ਇਕੱਲਾ ਮਾਝੇ ਦਾ ਨਹੀਂ, ਕੋਈ ਵੰਡੀਆਂ ਪਾਉਣ ਵਾਲਾ ਕੰਮ ਨਹੀਂ ਹੈ, ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ, ਮਾਲਵਾ ਦੁਆਬਾ ਜਿੰਨੇ ਵੀ ਹੋਰ ਦੋਸਤ ਆ ਕੋਈ ਹੈਰਾਨੀਆਂ ਤੋਂ ਆ ਉਹ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੁੰਦਾ ਆ ਕਿ ਆਓ ਅਤੇ ਸਾਡੇ ਨਾਲ ਆ ਕੇ ਅਤੇ ਤੁਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਪਾਓ। ਅਤੇ ਸਾਡੇ ਨਾਲ ਇਸ ਵੇਲੇ ਮੀਡੀਆ ਤੋਂ ਹੀ ਯਸ਼ ਸ਼ਰਮਾ ਜੀ ਆ, ਉਹਨਾਂ ਨੂੰ ਮੈਂ ਕਹਾਂਗਾ ਕਿ 2 ਮਿੰਟ ਵਾਸਤੇ ਉਹ ਵੀ ਹਾਜ਼ਰੀ ਲਵਾਉਣ। ਸ਼ਰਮਾ ਜੀ, ਮਾਝਾ ਨਾਈਟ ਮਨਾਈ ਜਾ ਰਹੀ ਹੈ ਜੀ ਐਡਮਿੰਟਨ 'ਚ ਔਰ ਸਾਰੇ ਪਰਿਵਾਰਾਂ 'ਚ, ਸਾਡੇ ਪੰਜਾਬੀ ਪਰਿਵਾਰਾਂ 'ਚ ਬੜਾ ਜੋਸ਼ ਹੈ, ਹੁਮ ਆ ਕੇ ਪਹੁੰਚ ਰਹੇ ਨੇ। ਮੇਰੇ ਵੱਲੋਂ ਮੁਬਾਰਕਾਂ ਲਾਡ ਪਿੰਡਰ ਭਾਅ ਜੀ ਨੂੰ, ਹਰਜੀਤ ਸੰਧੂ ਹੁਣਾਂ ਨੂੰ, ਮਿੰਟੂ ਕਾਲੂ ਜੀ ਨੂੰ ਜੋ ਕਿ ਬੜੇ ਸਰਗਰਮ ਨੇ ਕਈ ਸਾਲਾਂ ਤੋਂ ਕਮਿਊਨਿਟੀ ਦੇ ਵਿੱਚ, ਇੱਕ ਵਾਰ ਫਿਰ ਲੱਖ ਲੱਖ ਮੁਬਾਰਕਾਂ ਮਾਝਾ ਨਾਈਟ ਦੀ ਸਕਸੈਸ। ਕਾਲੇ ਪਾਉਂਦੀਆਂ ਚਾਚੀਆਂ ਤਾਈਆਂ
लाइसेंस लेना किसी ने कुछ करना सवेरे 9 बजे स्टोर ते रोड ते आ जाते हैं किसी तो कोई पैसा नहीं लेंदे कोई कुछ नहीं। मैं हुण भाजी लाड भिंडर जी नूं बेनती करना कि वो स्टेज ते आ। खैरा साहब आए हो जरा स्टेज ते। हाँ जी रिशपाल खैरा जी बहु जी जिमें सुखी भाजी ने कहा कि मतलब मामा जी लाड भिंडर ने पिछले 52 साल तो इतने रह रहे हैं तो सोशल वर्कर के तौर पर सारा एडमिंटन जानता जी इन्हों कोई भी काम हो जिमें सुखी भाजी ने दसाया कि मतलब हर वेले तैयार पर तैयार रेंगे ने सोशल वर्क करने वास्ते हर पक्षों सहायता करते हैं यह काम वाकई तो ही हो सकते हैं। थैंक यू जी थैंक यू वेरी मच सुखी रंधावा जिन्होंने माण बख्शा कम तो करना ही जिमें भी शहर रहने वधिया कोशिश करी दी आ कि किसी भी जो हेल्प की लोड़ पैंदी आ तो जिन्ना क नॉलेज हैगा आ जे हैगा तो ही हेल्प करते हैं तो फोन सारी दिहाड़ी खड़कता रहिंदा पर कदर कोई कोई करता आ असी कदर करके नहीं करते असी तो मैं तो वैसे ही खुला फोन आ जिहड़ा भी कोई फोन करता जिन्हों भी लोड़ पैंदी आ कि इन्ने नंबर दिता जी सुखी साहब ने दिता इन्होंने दिता किसी भी दिता नंबर मैं क्या नंबर रहन दो भी तुम दसो काम की है जो पता है थोड़ा बड़ा तो ता ही करीदा तो कोई मैनू शेखी वाली गल नहीं है ये अभी जो पता थोड़ा बड़ा महाराज ने ज्ञान दिता आ तो वह गांव अगे किसी की मदद हो सके तो वधिया गल आ जो मिंटू ने भेजता किसी ने भेजता वो वधिया तो सुखी रंधावा साहब नवी बहुत 40 साल तो उपर हो गया मेरे ख्याल समा इतने इन्हों जानते हैं इन्होंने भी तुम्हें पता कि भाईचारे कम्यूनिटी बहुत काम किया आ इस तरह ही रल मिल के ही असं करते हैं जे असी ना करिए तो फिर तो खिलो जाता काम जो करते हैं तो इन्होंने भी जिन्ना कि इन्हों की पहुँच सी इन्होंने राजनीतिक तौर पर होर भी समाजिक तौर पर भी कामकार हिस्सा पाया तो इस काम की बदौलत तुम सारे अच्छ साढ़े ना इतने मिल बैठे हो कट्ठे हो तो बहुत वधिया लगता चंगा लगता रंधावा साहब बहुत बहुत धन्यवाद तुहाडा।
ਬਹੁਤ ਜੀ ਵਾਹ ਬਹੁਤ ਜੀ ਵਾਹ ਬਹੁਤ ਜੀ।